ਇਸ ਕੈਂਪ ਦੀ ਕਾਲ ਦੇ ਉੱਪਰ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ 14 ਤਰੀਕ ਨੂੰ ਮਹਾਂ ਪੰਚਾਇਤ ਦੀ ਜਿਹੜੀ ਕਾਲ ਆ ਦਿੱਤੀ ਹੋਈ ਆ ਰੱਖਿਆ ਹੋਇਆ ਅਤੇ ਉਸ ਨੂੰ ਲੈ ਕੇ ਅੱਜ ਸੰਗਰੂਰ ਦੇ ਮਹਿਲਾ ਚੌਂਕ ਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਵੱਡਾ ਇਕੱਠ ਕਰਕੇ ਦਿੱਲੀ ਵੱਲ ਨੂੰ ਜਿਹੜੀਆਂ ਬੱਸਾਂ ਨੇ ਰਵਾਨਾ ਕੀਤੀਆਂ ਜਾ ਰਹੀਆਂ ਨੇ। ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਖੜ੍ਹੇ ਨੇ ਅਤੇ ਤਕਰੀਬਨ 12 ਤੋਂ ਲੈ ਕੇ 15 ਜਿਹੜੀਆਂ ਬੱਸਾਂ ਹੈਗੀਆਂ ਨੇ ਇਸ ਜਗ੍ਹਾ ਤੋਂ ਰਵਾਨਾ ਹੋ ਰਹੀਆਂ ਨੇ, ਜਿੱਥੇ ਕਿਸਾਨ ਇਸ ਮਹਾਂ ਪੰਚਾਇਤ ਦੇ ਵਿੱਚ ਹਿੱਸਾ ਬਣਨ ਜਾ ਰਹੇ ਨੇ। ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਨੇ, ਔਰਤਾਂ ਵੀ ਕਿਤਨਾ ਕਿਤੇ ਆਪਣਾ ਘਰ ਬਾਰੋਂ ਚੱਲ ਕੇ ਦਿੱਲੀ ਵਿਖੇ ਜਿਹੜੇ ਹੈਗੀਆਂ ਜਾਣ ਦੀ ਤਿਆਰੀ ਦੇ ਵਿੱਚ ਨੇ। ਕਈ ਜਿਹੜੇ ਕਿਸਾਨ ਹੈਗੇ ਨੇ ਉਹ ਬੱਸਾਂ ਦੇ ਵਿੱਚ ਬੈਠ ਚੁੱਕੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਇਸ ਵਕਤ ਬਾਹਰ ਖੜ੍ਹੇ ਹੋਏ ਨੇ। ਤਸਵੀਰਾਂ ਵੀ ਦੇਖ ਸਕਦੇ ਹੋ ਅਤੇ ਗੱਲਬਾਤ ਕਰਨ ਦੀ ਤਿਆਰੀ ਵੀ ਕਰਦੇ ਹਾਂ, ਪਰ ਕਿਸਾਨ ਵੀ ਦੇਖਦੇ ਹੋਣਗੇ। ਦੂਜੇ ਪਾਸੇ ਅਸੀਂ ਔਰਤਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਜਿਹੜਾ ਹੈਗਾ ਵੱਡਾ ਇਕੱਠਾ ਉਹ ਕੀਤਾ ਗਿਆ, ਕਿਸ ਤਰੀਕੇ ਨਾਲ ਦੇਖਦੇ ਹੋ। ਕੀ ਨਾਮ ਆ ਤੁਹਾਡਾ ਪਹਿਲਾਂ? ਮੇਰਾ ਪੂਜਾ ਕੌਰ ਹੈ ਜੀ। ਕਿਵੇਂ ਦੇਖਦੇ ਹੋ ਵੱਡਾ ਇਕੱਠ ਕਰਕੇ ਤੁਹਾਡੇ ਵੱਲੋਂ ਅੱਜ ਦਿੱਲੀ ਜਾਇਆ ਜਾ ਰਿਹਾ, ਮਹਾਂ ਪੰਚਾਇਤ ਰੱਖੀ ਗਈ ਹੈ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਕਹਿਣਾ ਚਾਹੁੰਦੀ ਹਾਂ ਮੋਦੀ ਸਰਕਾਰ ਨੂੰ ਅਸੀਂ ਨਾ 80 ਧੂਆਂ ਲਿਆ ਕੇ ਦਿਖਾਵਾਂਗੇ। ਅਸੀਂ ਤਾਂ ਹੀ ਦਿੱਲੀ ਅੱਜ ਜਾ ਰਹੇ ਹਾਂ ਗ੍ਰਾਹਾਂ ਜਥੇਬੰਦੀਆਂ ਵੱਲੋਂ ਸਾਰੇ ਇਕੱਠੇ ਹੋ ਕੇ। ਕਿਵੇਂ ਦੇਖਦੇ ਹੋ ਜਿੱਥੇ ਕਿਸਾਨ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ, ਲੇਡੀਜ਼ ਔਰਤਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਤਾਂ ਹਿੱਸਾ ਬਣ ਰਹੀਆਂ ਨੇ, ਕਈ ਕਾਫੀ ਬੱਸਾਂ ਤੁਹਾਡੀਆਂ ਸਪੈਸ਼ਲ ਔਰਤਾਂ ਦੀਆਂ ਰੱਖੀਆਂ ਹੋਈਆਂ ਨੇ, ਕਿਵੇਂ ਦੇਖਦੇ ਹੋ ਚੀਜ਼ ਨੂੰ? ਸਾਡਾ 5 ਲੱਖ ਬੰਦਾ ਆ ਰਿਹਾ ਵਾ ਕਾਫਲਾ, ਅਸੀਂ ਸਾਰੇ ਇਕੱਠੇ ਜਾਵਾਂਗੇ। 5 ਲੱਖ ਬੰਦਾ ਜਾਊਗਾ ਸਾਡਾ ਦਿੱਲੀ, 5 ਲੱਖ ਔਰਤਾਂ, 5 ਲੱਖ ਬੰਦਿਆਂ ਦਾ। ਹਾਂ, ਮੋਦੀ ਦੇ ਨਾਲ ਸਿੱਧੂਆਂ ਲਿਆ ਕੇ ਛੱਡਾਂਗੇ। ਕਿਵੇਂ ਦੇਖਦੇ ਹੋ ਜਦੋਂ ਘਰੋਂ ਨਿਕਲਦੇ ਹੋ ਤਾਂ ਘਰ ਦੇ ਕੰਮ ਕਾਰ, ਜਿਵੇਂ ਪਹਿਲਾਂ 1.5 ਸਾਲ 1.5 ਸਾਲ ਤੁਹਾਨੂੰ ਦਿੱਲੀ ਲੱਗ ਗਿਆ ਤਾਂ ਹੁਣ ਵੀ ਅਗਰ ਲੰਬਾ ਸਮਾਂ ਲੱਗ ਸਕਦਾ ਜਾਂ ਕੋਈ ਇੱਦਾਂ ਦਾ ਮਾਹੌਲ ਬਣ ਗਿਆ ਤਾਂ ਘਰ ਬਾਰ ਛੱਡ ਦੋਗੇ? ਅਸੀਂ ਤਾਂ ਤਿੱਖੇ ਹੋ ਗਏ ਤਲਵਾਰਾਂ ਵਰਗੇ, ਅਸੀਂ ਦਿੱਲੀ ਵੱਲ ਨੂੰ ਤਿਆਰ ਪਰ ਤਿਆਰ ਰਹਿੰਦੇ। ਸਾਡੇ ਬੱਚੇ ਕਹਿੰਦੇ ਤੁਹਾਨੂੰ ਕੰਮ ਦਾ ਕੋਈ ਫਿਕਰ ਨਹੀਂ, ਆਪਣੀਆਂ ਜ਼ਮੀਨਾਂ ਸਾਂਭੋ, GMC ਲਓ ਤੁਸੀਂ, ਵੀ ਸਾਨੂੰ ਕੋਈ ਘਰ ਦਾ ਫਿਕਰ ਨਹੀਂ ਹੈਗਾ ਬੱਚਿਆਂ ਦੇ ਸਿਰ 'ਤੇ। ਸਾਡੇ ਬੱਚੇ ਅਸੀਂ ਤਾਂ ਸਿਰ ਦੇਣ ਨੂੰ ਤਿਆਰ ਹਾਂ, ਅਸੀਂ ਕਹਿ ਕੇ ਆਏ ਬੱਚਿਆਂ ਨੂੰ ਵੀ ਆ ਗਏ ਤਾਂ ਸਮਝ ਲਿਓ, ਜੇ ਨਾ ਆਏ ਤਾਂ ਕੱਫਣ ਸਿਰ 'ਤੇ ਬੰਨ ਕੇ ਲੈ ਕੇ ਗਏ ਅਸੀਂ। ਹਾਂ, ਸਾਨੂੰ ਕੋਈ ਪਰਵਾਹ ਨਹੀਂ ਕਰਦੀ ਹੈਗੀ। ਮੰਗਾਂ ਨੂੰ ਕਿਵੇਂ ਦੇਖਦੇ ਹੋ? ਲੜਾਈ ਉਹੀ ਆ, ਉਹੀ ਮੰਗਾਂ ਨੇ, ਉਹਨਾਂ ਮੰਗਾਂ ਨੂੰ ਲੈ ਕੇ ਲੰਮਾ ਸਮਾਂ ਪਹਿਲਾਂ ਲੱਗੇ ਰਹੇ, ਹੁਣ ਦੁਬਾਰਾ ਫਿਰ ਉਹ ਸੁੱਤੀ ਪਈ ਹੈ ਸਰਕਾਰ। ਅਸੀਂ ਜਗਾਉਣਾ ਚਾਹੁੰਦੇ ਹਾਂ, ਲੂਣਾ ਮਾਰ ਕੇ ਜਗਾਉਣਾ ਚਾਹੁੰਦੇ ਹਾਂ ਵੀ ਤੁਸੀਂ ਜਾਗੋ, ਕਿਉਂ ਨਹੀਂ ਜਾਗਦੇ? ਜਾਗਣਗੇ, ਇੱਕ ਦਿਨ ਜਗਾ ਕੇ ਛੱਡਾਂਗੇ। ਪਹਿਲਾਂ ਵੀ ਮਨਾਏ ਅਤੇ ਹੁਣ ਵੀ ਮਨਾਵਾਂਗੇ ਅਸੀਂ। ਅਸੀਂ ਮੋਦੀ ਤੋਂ ਹਾਰ ਨਹੀਂ ਮੰਨਦੇ, ਉਹਨੂੰ ਹਰਾ ਕੇ ਛੱਡਾਂਗੇ ਅਸੀਂ। ਸਾਨੂੰ ਸਾਡੇ ਬੱਚਿਆਂ ਦੇ ਹੱਕ ਚਾਹੀਦੇ ਨੇ, ਅਸੀਂ ਆਪਦੇ ਹੱਕ ਮੰਗਦੇ, ਅਸੀਂ ਭੀਖ ਨਹੀਂ ਮੰਗਦੇ ਇਹਨਾਂ ਤੋਂ। ਬਿਲਕੁਲ, ਵੱਡੀ ਗਿਣਤੀ 'ਚ ਔਰਤਾਂ ਸ਼ਾਮਿਲ ਨੇ। ਤੁਹਾਨੂੰ ਪਹਿਲਾਂ ਇਹ ਤਸਵੀਰਾਂ ਦਿਖਾ ਦਈਏ ਕਿ ਕਾਫੀ ਜ਼ਿਆਦਾ ਗਿਣਤੀ ਹੈ ਜਿਹੜੀ ਬੱਸਾਂ ਦੀ ਹੈਗੀ ਆ। ਅੱਜ 13 ਤਰੀਕ ਨੂੰ ਜਿਹੜੇ ਕਿਸਾਨ ਨੇ ਸੰਗਰੂਰ ਮਹਿਲਾ ਚੌਂਕ ਤੋਂ ਚੱਲ ਰਹੇ ਨੇ ਅਤੇ ਬਿਲਕੁਲ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਾ ਕੇ ਜਿਹੜੀ ਹੈਗੀ ਆ, ਇੱਕ ਦਿਨ ਦੀ ਸਟੇਅ ਕਿਸਾਨਾਂ ਦੇ ਵੱਲੋਂ ਕੀਤੀ ਜਾਊਗੀ ਅਤੇ ਕੱਲ੍ਹ ਤਕਰੀਬਨ 10 ਵਜੇ ਦਾ ਸਮਾਂ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਮਹਿਲਾ ਉੱਥੇ ਜਿਹੜਾ ਬਣਿਆ ਹੋਇਆ ਜਿਹੜਾ ਗਰਾਊਂਡ ਜਿਸ ਜਗ੍ਹਾ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਊਗਾ ਉਸ ਜਗ੍ਹਾ ਦੇ ਉੱਪਰ ਮਹਿਲਾ ਚੌਂਕ ਤੋਂ ਪਹੁੰਚਿਆ ਜਾਊਗਾ। ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਬੱਸਾਂ ਲੈ ਕੇ ਜਿਹੜੇ ਕਿਸਾਨ ਨੇ ਉਹ ਕਿਤੇ ਨਾ ਕਿਤੇ ਰਵਾਨਾ ਹੋ ਚੁੱਕੇ ਨੇ। ਇਸ ਵਕਤ ਤਿਆਰੀਆਂ ਮੁਕੰਮਲ ਨੇ ਅਤੇ ਉਹ ਤਿਆਰੀਆਂ ਨੂੰ ਲੈ ਕੇ ਜਿਹੜੇ ਕਿਸਾਨ ਹੈਗੇ ਨੇ ਇਸ ਵਕਤ ਰਵਾਨਗੀ ਕਰ ਚੁੱਕੇ ਨੇ। ਗੱਲਬਾਤ ਵੀ ਕਰਦੇ ਕਿਸਾਨਾਂ ਦੇ ਨਾਲ, ਕਿਸ ਤਰੀਕੇ ਨਾਲ ਦੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਵੱਲੋਂ ਇੱਥੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਅੱਜ? ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਕੱਲ੍ਹ ਨੂੰ ਸਾਡੀ ਵੱਡੀ ਰੈਲੀ ਆ। ਅਸੀਂ ਅੱਜ ਵੱਡੇ ਪੱਧਰ 'ਤੇ ਬਲਾਕ ਭਵਾਨੀਗੜ੍ਹੋਂ ਮਹਿਲਾ ਮੰਡੀ 'ਚੋਂ ਤੁਰ ਰਹੇ ਹਾਂ। ਆਉਣ ਵਾਲਾ ਜਿਹੜਾ ਜਵਾਬ ਹੈ ਸਰਕਾਰ ਦਾ, ਜਿਹੜੇ ਸਾਡੇ ਬੈਠੇ ਕਿਸਾਨਾਂ ਦੇ ਨੌਜਵਾਨਾਂ ਨੂੰ ਬਾਰਡਰਾਂ ਦੇ ਉੱਤੇ ਮਾਰਿਆ ਹੈ, ਉਹਦਾ ਜਵਾਬ ਇੱਟ ਦਾ ਪੱਥਰ ਨਾਲ ਦੇਵਾਂਗੇ। ਮਤ ਭੁੱਲੇ, ਸਰਕਾਰ ਇੱਥੇ ਜ਼ੁਲਮ ਕਰਕੇ ਬੜਾ ਦੇਖਿਆ। ਇੱਥੇ ਅੰਗਰੇਜ਼ਾਂ ਨੇ ਜਲ੍ਹਿਆਂਵਾਲੇ ਬਾਗ 'ਚ ਘੇਰ ਕੇ ਖੂਨ ਦੀਆਂ ਨਦੀਆਂ ਵਗਾਈਆਂ ਨੇ, ਪਰ ਲੋਕ ਕਦੇ ਵੀ ਗੋਲੀ ਨਾਲ ਨਹੀਂ ਹਾਰੇ। ਅਸੀਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ, ਦੇਖਾਂਗੇ ਸਰਕਾਰ ਕੀ ਕਰਦੀ ਹੈ।
ਬਿਲਕੁਲ, ਕਿੰਨੀ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਘਰਾਚੋ ਪਿੰਡ ਤੋਂ ਜਿਹੜੇ ਹੈਗੇ ਨੇ ਕਿਸਾਨ ਸ਼ਾਮਿਲ ਹੋ ਰਹੇ ਨੇ, ਔਰਤਾਂ ਵੀ ਦੇਖੀਆਂ ਵੱਡੀ ਗਿਣਤੀ ਦੇ ਵਿੱਚ ਨੇ? ਅੱਜ ਪਿੰਡ ਘਰਾਚੋ ਤੋਂ ਅਸੀਂ ਦੋ ਵੱਡੀਆਂ ਬੱਸਾਂ ਭਰ ਕੇ ਲੈ ਕੇ ਆਏ ਹਾਂ, ਜਿਹਦੇ ਵਿੱਚ ਸਾਡੀਆਂ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਨੇ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੇ। ਲਗਭਗ 100 ਤੋਂ ਪਲੱਸ ਗਿਣਤੀ ਹੈ ਜਿਹੜੀ ਬਲਾਕ ਭਵਾਨੀਗੜ੍ਹ ਦੀ ਗਿਣਤੀ ਹੈ ਜਿਹੜੀ। ਅੱਜ ਉਹ ਸਾਨੂੰ ਐਂ ਲੱਗਦਾ ਵੀ ਅਸੀਂ 1100-1200 ਤੋਂ ਪਲੱਸ ਗਿਣਤੀ ਉਹ ਜਾਊਗੀ ਅਤੇ ਮੂਨਕ ਵਿਖੇ ਅਸੀਂ ਸਾਰੇ ਸੰਗਰੂਰ ਜ਼ਿਲ੍ਹੇ ਦਾ ਇਕੱਠ ਕਰਨਾ, ਜਿਸ ਦੇ ਵਿੱਚ ਘੱਟੋ ਘੱਟ ਗਿਣਤੀ 15,000-10,000 ਦੇ ਲਗਭਗ ਹੋਊਗੀ। ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ, ਜਿਹੜਾ ਮੋਦੀ ਸਰਕਾਰ ਦੇ ਖਿਲਾਫ ਜੋ ਗੁੱਸਾ ਫੁੱਟਿਆ ਹੋਇਆ ਲੋਕਾਂ ਦਾ ਵੀ ਕਹਿੰਦੀ ਕੁਸ਼ਤੀ ਸਰਕਾਰ ਕਰਦੀ ਗੁੱਸਾ, ਜੋ ਪਹਿਲਾਂ ਅੰਦੋਲਨ ਚੱਲਿਆ 2020 ਦੇ ਵਿੱਚ ਉਹ ਮੰਗਾਂ ਮੰਨੀਆਂ ਹੋਈਆਂ ਮੰਗਾਂ ਤੋਂ ਮੁੱਕਰ ਰਹੀ ਹੈ ਸਰਕਾਰ, ਉਹ ਮੰਗਾਂ ਲਾਗੂ ਕਰਵਾਉਣ ਵਾਸਤੇ ਸ਼ਾਂਤਮਈ ਤਰੀਕੇ ਨਾਲ, ਜਿਵੇਂ ਪੜਾਅ ਹੁੰਦੇ ਨੇ ਪੜਾਅ ਦਰ ਪੜਾਅ, ਜਿਵੇਂ ਕੋਠੇ 'ਤੇ ਚੜ੍ਹਨ ਵਾਸਤੇ ਪੌੜੀ ਲਾਉਂਦੇ ਆਪਾਂ, ਇੱਕ ਟੰਬਾ ਦੂਜਾ ਟੰਬਾ ਲਾ ਕੇ ਫਿਰ ਕੋਠੇ 'ਤੇ ਚੜ੍ਹਦੇ ਹਾਂ, ਇਸ ਤਰ੍ਹਾਂ ਸਾਡੀ ਲੜਾਈ ਦੇ ਪੜਾਅ ਨੇ। ਹੁਣ ਅਸੀਂ ਇੱਕ ਦਿਨ ਦਾ ਜਿਹੜਾ ਰੈਲੀ ਕਰਕੇ ਆ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ, ਫਿਰ ਅਗਲਾ ਕੌਲ ਕੀ ਆਉਂਦੀ ਹੈ ਸੰਯੁਕਤ ਮੋਰਚੇ ਵੱਲੋਂ? ਉਸ ਤਰ੍ਹਾਂ ਪੱਕੇ ਮੋਰਚਿਆਂ ਦੀ ਆਉਂਦੀ ਆ, ਇੱਕ ਦਿਨ ਦੀ ਆਉਂਦੀ ਆ, ਵੱਖੋ ਵੱਖਰੇ ਸਟੇਟਾਂ ਦੀ ਕੌਲ ਆਉਂਦੀ ਆ, ਉਹਦਾ ਕੀ ਆਉਂਦਾ? ਉਸੇ ਤਰ੍ਹਾਂ ਲੜਾਈ ਜਥੇਬੰਦੀ ਜਾਰੀ ਰੱਖੂਗੀ। ਮਨਜੀਤ ਜੀ, ਅੱਜ ਦੁਪਹਿਰੇ ਚੱਲ ਰਹੇ ਹੋ, ਅੱਗੇ ਦਾ ਕੀ ਪਲਾਨ ਆ? ਕੱਲ੍ਹ ਕਿੰਨੇ ਵਜੇ ਪਹੁੰਚੋਗੇ, ਕੀ ਕਿੱਥੇ ਰੁਕਣਾ ਤੁਹਾਨੂੰ? ਅੱਗੇ ਅਸੀਂ ਰੋਹਤਕ, ਸਾਡਾ ਪ੍ਰੋਗਰਾਮ ਬਣਿਆ ਹੋਇਆ ਠਹਿਰਨ ਦਾ, ਅਸੀਂ ਕੱਲ੍ਹ ਨੂੰ ਸਾਜਰੇ ਜਾਣੀ ਕਿ ਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚਾਂਗੇ। ਵੱਡੀ ਗਿਣਤੀ ਆ ਸਾਡੀ, ਅਸੀਂ ਮੂਣਕ ਤੋਂ ਵੱਡੇ ਪਦ ਜਾਣੀ ਕਿ ਜ਼ਿਲ੍ਹੇ ਦਾ ਪੂਰਾ ਕਾਫਲਾ ਲੈ ਕੇ ਤੁਰਾਂਗੇ। ਵੱਡੀ ਗਿਣਤੀ ਆ, ਲੋਕਾਂ ਦੇ ਵਿੱਚ ਵੱਡਾ ਰੋਸ ਆ, ਜਿਹੜਾ ਸਰਕਾਰ ਨੇ ਜ਼ੁਲਮ ਕੀਤਾ ਉਹਦਾ ਜਵਾਬ ਦੇਣ ਵਾਸਤੇ ਜਾ ਰਹੇ ਹਾਂ। ਜਿਵੇਂ ਸਾਥੀ ਨੇ ਦੱਸਿਆ ਵੀ ਅਸੀਂ ਪੜਾਅ ਦਰ ਪੜਾਅ ਜਾਣੀ ਕਿ ਲੜਾਈ ਹੈ, ਲੋਕਾਂ ਦਾ ਹਜੂਮ ਇਹਨਾਂ ਦੇ ਬਰਖਲਾਪ ਉੱਠੂਗਾ, ਇਹਨਾਂ ਦੇ ਗੁਲਾਮਿਆਂ ਨੂੰ ਪੈਣਗੇ ਲੋਕ, ਇਹਨਾਂ ਨੇ ਲੋਕਾਂ ਦੇ ਘਰਾਂ 'ਚ ਆਉਣਾ, ਇਹਨਾਂ ਨੇ ਚੋਣਾਂ ਲੜਨੀਆਂ ਨੇ, ਇਹਨਾਂ ਨੂੰ ਇੱਟ ਦਾ ਜਵਾਬ ਲੋਕ ਪੱਥਰ ਨਾਲ ਦੇਣਗੇ। ਮਤ ਭੁੱਲਣ ਵੀ ਅਸੀਂ ਗੋਲੀ ਮਾਰ ਕੇ ਘਰਾਂ 'ਚ ਬੈਠਾਂਗੇ ਜਾਂ ਕੋਈ ਅਸੀਂ ਸ਼ਾਂਤਮਈ ਤਰੀਕੇ ਨਾਲ ਰਹਿ ਜਾਂਗੇ, ਇਹ ਉਹ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਅਸੀਂ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ ਜਦੋਂ ਸਾਡੇ ਪਿੰਡਾਂ 'ਚ ਵੜਨਗੇ। ਮਤ ਭੁੱਲਣ, ਅਕਾਲੀ ਵੀ ਅਸੀਂ ਗੱਠਜੋੜ ਕਰਕੇ ਭਾਜਪਾ ਨਾਲ ਅਸੀਂ ਇੱਥੇ ਸਰਕਾਰਾਂ 'ਚ ਕਾਮਯਾਬ ਹੋ ਜਾਵਾਂਗੇ, ਇਹਨਾਂ ਨੂੰ ਦੁੱਬਰ ਕਰ ਦਿਆਂਗੇ ਪਿੰਡਾਂ 'ਚ ਵੜ। ਜਿਵੇਂ ਗੱਠਜੋੜ ਹੋਇਆ ਫਿਰ ਉਹਨਾਂ ਦਾ ਤੁਹਾਡੇ ਵੱਲੋਂ ਕੋਈ ਵੋਟਾਂ ਵਗੈਰਾ ਰੱਖੀ? ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਸੇ ਲੋੜ ਸਰਕਾਰ ਜ਼ੁਲਮ ਕਰਦੀ ਹੈ ਤਾਂ ਆਉਣ ਵਾਲਾ ਸਮਾਂ ਪੰਜਾਬ 'ਚ ਉਹ ਬਣੂਗਾ ਜਿਹੜਾ ਬੀਚ ਬਣਿਆ ਸੀਗਾ, ਅਤੇ ਹੱਥ ਬੰਨਦੇ ਫਿਰਦੇ ਅਤੇ ਸੈਂਟਰ ਸਰਕਾਰ ਮੂਹਰੇ ਵੀ ਕਿਵੇਂ ਨਾ ਕਿਵੇਂ ਕਰਕੇ ਗੱਲ ਨਿਬੇੜੋ, ਸਾਨੂੰ ਲੋਕਾਂ ਨੇ ਘਰੋਂ ਨਿਕਲਣਾ ਦੁੱਬਰ ਕਰਤਾ। ਜਿਹੜੇ ਮਾਰਦੇ ਨੇ ਨਾ, ਇਹਨਾਂ ਨੂੰ ਆਪਦੇ ਘਰਾਂ 'ਚ ਜਾਣੀ ਕਿ ਬੰਦ ਰਹਿਣਾ ਪਊਗਾ। ਇਹੋ ਜਿਹੇ ਹਾਲਾਤ ਪੈਦਾ ਕਰਾਂਗੇ ਪੰਜਾਬ ਦੇ ਅੰਦਰ। ਬਿਲਕੁਲ, ਤਾਂ ਮਹਾਂਪੰਚਾਇਤ ਦਿੱਲੀ ਰੈਲੀ ਨੂੰ ਲੈ ਕੇ ਮਹਿਲਾ ਚੌਂਕ ਤੋਂ ਜਿਹੜੀਆਂ ਹੈਗੀਆਂ ਨੇ ਵੱਡੀ ਗਿਣਤੀ ਵਿੱਚ ਬੱਸਾਂ ਰਵਾਨਾ ਹੋ ਰਹੀਆਂ ਨੇ। ਇੱਕ ਦਿਨ ਰੋਹਤਕ ਜਿਹੜੀ ਹੈਗੀ ਆ ਰੁਕਿਆ ਜਾਊਗਾ ਅਤੇ ਕੱਲ੍ਹ ਨੂੰ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦੇ ਵੱਲੋਂ ਸਵੇਰੇ ਪਹੁੰਚ ਕੇ ਜਿਹੜੀ ਇਹ ਰੈਲੀ ਆ ਉਹਦੀ ਸ਼ੁਰੂਆਤ ਕੀਤੀ ਜਾਊਗੀ। ਅਤੇ ਸਾਫ਼ ਤੌਰ 'ਤੇ ਕਿਸਾਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਅਗਰ ਸਾਡੀਆਂ ਕਿਸਾਨੀ ਮੰਗਾਂ ਸਰਕਾਰ ਦੇ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡੇ ਵੱਲੋਂ ਲਗਾਤਾਰ ਜਿਹੜੇ ਹੈਗੇ ਨੇ ਵਿਰੋਧਾਂ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਊਗਾ। ਚਰਨਜੀਤ ਕੌਸ਼ਲ, ਸੰਗਰੂਰ ਤੋਂ ਨਿਊਜ਼ 18 ਪੰਜਾਬ।